ਮੈਂ ਕਿਹਾ ਸਰ ਸਾਹਿਬ ਤੁਸੀਂ ਬੜੀ ਬੜੀ ਦੁਨੀਆ ਜਗ੍ਹਾ ਤੇ ਗਏ ਜੇ, ਹਾਂਜੀ ਹਰ ਇਲਾਕਾ ਫਿਰੇ ਜੇ, ਹਾਂਜੀ, ਪਰ ਸਵਾਦ ਨਨਕਾਣਾ ਸਾਹਿਬ ਤੋਂ ਲੈਦਾ ਨਹੀਂ ਆਵੇਗਾ। ਨਹੀਂ ਆਇਆ ਜੀ, ਆਇਆ ਵੀ ਨਹੀਂ ਦਾ। ਤੁਸੀਂ ਬੜੇ ਬੜੀ ਦੁਨੀਆ ਦੇ ਥਾਂ ਤੇ ਗਏ ਜੇ, ਹਾਂਜੀ, ਮੱਝਾਂ ਮੁਕਾਬਲੇ ਵਾਲੀਆਂ ਕਦਾਈਆਂ ਕਿਸੇ ਦਿੱਤੀਆਂ ਨੇ? ਨਹੀਂ ਦਿੱਤੀਆਂ, ਅਸਾਂ ਦਿੱਤੀਆਂ ਨੇ। ਹਾਂ ਬੱਬਰੇ ਵੀ ਦਿੱਤੀਆਂ ਨੇ, ਤੁਹਾਨੂੰ ਵੀ ਪਤਾ ਹੈ। ਹਾਂਜੀ, ਅਲੀ ਤਿੱਕਰ ਵੀ ਆਣ ਤੇ ਅਲੀ ਤਿੱਕਰ ਦਿੰਦੇ ਆ ਵੀ ਰਾਣਾ। ਹਾਂਜੀ, ਜਿੰਨਾ ਦਿਲ ਕਰਦਾ ਜਿੱਤੇ ਮਰਜੀ ਮੁਕਾਬਲੇ, ਜਿਹੜੀ ਮਰਜੀ ਮੁਕਾਬਲੇ ਤੇ ਮੱਝ ਲਾ ਜਾਵਣ ਸਾਡੇ। ਜੇ ਫਾਰਮ ਦੇ ਠੱਲੇ ਆਵੇ ਉਹ ਜਾਂ ਮਾਲ ਹੈ, ਹਾਂਜੀ, ਤੇ ਲੋਕ ਕੀ ਕਹਿਣਗੇ ਫਿਰ? ਨਾ ਸਾਡੇ ਚੱਲਣਾ ਯਾਰ, ਅਸੀਂ ਨਨਕਾਣਾ ਸਾਹਿਬ ਰਾਏ ਆਕਬ ਕੋਲ ਮਾਲ ਆਂਦਾ। ਹਾਂਜੀ, ਅਸੀਂ ਇਹ ਜਾਣਾ ਸੀ ਸ੍ਰੀ ਸਰਬ ਇੱਕ ਆਪਣਾ ਨਾਂ ਕਰਨਾ ਚਾਹੁੰਦੇ ਆ, ਪੈਸੇ ਦੀ ਕੋਈ ਟੈਨਸ਼ਨ ਨਹੀਂ, ਨਾਲੇ ਇੱਥੇ ਆ ਤੇ ਗਾਰੰਟੀਆਂ ਵੀ, ਗਾਰੰਟੀ ਹਰ ਚੀਜ਼ ਦੀ ਦੇਈ ਦੀ ਹੈ। ਇੱਕ ਚੀਜ਼ ਹੋਰ ਮੈਂ ਦੱਸਣਾ ਚਾਹਣਾ ਭਰਾਵਾਂ ਨੂੰ, ਕਿਉਂਕਿ ਅੱਜ ਤੱਕ ਕਿਸੇ 3-3 ਮਹੀਨੇ ਦੀ ਗਾਰੰਟੀ ਦਿੱਤੀ ਨਹੀਂ ਦੀ। ਅਸੀਂ 3 ਮਹੀਨੇ ਦੀ ਗਾਰੰਟੀ ਦਿੰਨੇ ਆ ਕੱਪੜ ਫੰਡਰ ਦੀ, ਨਾ ਦੁੱਧ ਦੀ ਵੀ, ਦੁੱਧ ਦੀ ਗਾਰੰਟੀ ਦਿੰਨੇ ਆ, 18 ਤੋਂ 20 ਲੀਟਰ ਸਾਡੀ ਜੁੱਟੀ ਦੁੱਧ ਦੇਵੇਗੀ ਮੱਝ। ਨਾ ਦੇਵੇ ਅਸੀਂ ਤਾਂ ਜ਼ਿੰਮੇਦਾਰ। ਕੀ ਬਾਤ ਹੈ, ਇੱਕ ਵਾਰ ਯਾਮਨ ਵਿਜ਼ਿਟ ਕਰਨ ਦਿਲ ਮੁਤਮਨ ਹੋਵੇ, 24 ਘੰਟੇ 100, 110, 190 ਇਹ ਜਾਨਵਰ 90 ਤੋਂ ਲੈ ਕੇ 110 ਜਾਨਵਰ ਤੀਕਰ ਖਲੋਤਾ ਹੋਵੇਗਾ ਆਪਣੇ ਫਾਰਮ ਤੇ, ਆਪਣੇ ਫਾਰਮ ਦਾ 24 ਘੰਟੇ, ਜੇ ਇਸ ਘੰਟੇ ਚ ਮਰਜ਼ੀ ਆ ਜਾਵਣ। ਯਾਨੀ ਕਿ ਕਿਹੜੀਆਂ ਕਿਹੜੀਆਂ ਜੁੜੀਆਂ, ਦੋ ਮਹੀਨੇ ਤੋਂ ਲੈ ਕੇ, 2 ਮਹੀਨੇ ਤੋਂ ਲੈ ਕੇ ਸੂਈ ਹੋਈ ਤੀਕਰ ਮਿਲਣਗੀਆਂ। ਅੱਛਾ, 3 ਦੀ, 4 ਦੀ, 5 ਦੀ, 6 ਦੀ, 7 ਦੀ, 8 ਦੀ, 9 ਦੀ, 10 ਦੀ, ਸੱਜਰ ਸੂਈ ਵੀ, ਸੱਜਰ ਸੂਈ ਇਹ ਵੀ ਮਿਲੇਗੀ। ਵਾਹ, ਕਿੰਨੇ ਕਿਲੋਮੀਟਰ ਡਿਲੀਵਰੀ ਫ੍ਰੀ, ਕਿੰਨੀਆਂ ਜੋਟੀਆਂ ਲਵਣ, 10 ਮੱਝਾਂ ਲਵਣ, 300-350 ਕਿਲੋਮੀਟਰ ਤੱਕ ਕਿਰਾਇਆ ਸਾਡਾ ਹੋਵੇਗਾ ਜੀ। ਠੀਕ ਹੋ ਗਿਆ ਸਰ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਆਪਣਾ ਨਾਂ ਔਰ ਐਡਰੈਸ ਅੱਛੇ ਤਰੀਕੇ ਨਾਲ ਸਮਝਾਓ ਜੀ। ਨਾਂ ਮੇਰਾ ਰਾਏ ਆਕਮ ਜੋ ਦੇ ਜ਼ਿਲ੍ਹਾ ਸਦਰ ਨਨਕਾਣਾ ਸਾਹਿਬ ਹੈ। ਨਨਕਾਣਾ ਸਾਹਿਬ ਤੋਂ ਸਟਾਪ ਤੋਂ 16 ਕਿਲੋਮੀਟਰ ਪਿੱਛੇ ਜਸਵਾਲੀ ਮੋੜ। ਅੱਛਾ ਅੱਛਾ, ਤੇ ਨੰਬਰ ਵੀ ਦੱਸ ਦਿਓ। 0304-34-3798। ਮੋਟਰ ਵੇ ਕਿਹੜੀ ਕਿਹੜੀ ਹੈ? ਨਨਕਾਣਾ ਮੋਟਰ ਲੱਗਦੀ, ਫੈਸਲਾਬਾਦ ਮੋਟਰ ਲੱਗਦੀ, ਸ਼ੇਖਪੁਰਾ ਮੋਟਰ ਲੱਗਦੀ ਹੈ। ਕਿੰਨੇ ਕਿਲੋਮੀਟਰ ਦੂਰ ਹੈ? ਇਧਰੋਂ ਹੈਗਾ 60-65 ਕਿਲੋਮੀਟਰ ਫੈਸਲਾਬਾਦ ਤੋਂ ਜੀ, ਸ਼ੇਖਪੁਰ 28 ਹੈਗਾ ਦਾ 28 ਕਿਲੋਮੀਟਰ ਬਣਦਾ। ਅੱਛਾ, ਸਾਡੇ ਕੋਲ ਤਿੱਕਰ। ਅੱਛਾ, 20 ਕਿਲੋਮੀਟਰ ਹੈਗਾ ਫਿਰੋਜ਼ ਵਟਵਾ। ਹਾਂਜੀ, ਫਿਰੋਜ਼ ਵਟਵਾ ਤੋਂ ਰਸਤੇ ਸਟਾਪ ਦੇ ਉੱਤੋਂ ਰਸਤਾ ਨਿਕਲਦਾ ਵਾਰ ਬਟਨ ਜਸਲਾਣੀ ਮੋੜ, ਜਸਲਾਣੀ ਮੋੜ ਸਟਾਪ ਦੇ ਉੱਤੇ ਆਪਣਾ ਫਾਰਮ ਹੈ। ਅੱਛਾ, ਭਰਾ ਕੋਲ ਜਾਣਨਾ ਚਾਹਾਂਗਾ ਜੀ ਸਰ, ਅੱਜ ਕਿੰਨੇ ਮਹੀਨੇ? ਬਿਲਕੁਲ ਜੀ ਬਿਲਕੁਲ, ਬੇਸ਼ੱਕ ਲਵਣ ਜਾਂ ਨਾ ਲਵਣ, ਹਾਂਜੀ, ਨਸੀਬ ਦਾ ਬਿਲਕੁਲ, ਲੇਕਿਨ ਚੀਜ਼ ਚੰਗੀ ਮਿਲੇਗੀ, ਇਹਦੀ ਗਾਰੰਟੀ ਦੇਵਾਂਗੇ। ਵਾਕਿਆ ਜੀ ਵਾਕਿਆ, ਜਿਹੜੇ ਭਰਾ ਲੈ ਕੇ ਜਾਂਦੇ ਨੇ ਉਹਨਾਂ ਨੂੰ ਵੀ ਪਤਾ ਮੇਰਾ ਕਿ ਮੈਂ ਭੈੜੀ ਚੀਜ਼ ਨਾ ਲਿਆਂਦੀ ਹੈ, ਨਾ ਦਿੱਤੀ ਤੇ ਨਾ ਹੀ ਬੰਨੀ ਆਪਣੇ ਬੂਹੇ ਤੇ। ਇਹ ਤੇ ਬਾਈ ਜਾਨ ਰਿਕਾਰਡ, ਰਾਤ ਤੇ ਇਤਵਾਰ ਨੂੰ ਵੀਡੀਓ ਬਣਦੀ ਹੈ ਜੀ, ਕੋਈ ਐਸਾ ਵਾਰ ਨਹੀਂ ਜਿਹੜੇ ਵਾਰ ਵੀਡੀਓ ਸਾਡੀ ਸਲਿੱਪ ਹੋਈ ਹੋਵੇ। ਹਾਂਜੀ, ਹਰ ਵਾਰ ਵੀਡੀਓ ਬਣਦੀ, ਹਫਤੇ ਦੇ ਵਿੱਚ 2 ਵਾਰ ਵੀਡੀਓ ਬਣਦੀ ਹੈ, ਬੇਸ਼ੱਕ 2 ਵਾਰੀ ਮਾਲ ਨਵੇਂ ਤੋਂ ਨਵਾਂ ਹੀ ਆਉਂਦਾ, ਅਲਹਮਦੁਲਿਲਾ। ਠੀਕ ਹੈ, ਕੋਈ ਪੁਰਾਣੇ ਵੀਡੀਓ ਦੇ ਪੁਰਾਣਾ ਜਾਨਵਰ ਵੀਡੀਓ ਤੇ ਅੱਗੇ ਨਹੀਂ ਲਿਆਂਦਾ, ਨਹੀਂ ਲਿਆਂਦੇ, ਜਿਹੜਾ ਜਾਨਵਰ ਨਹੀਂ ਵਿਕਿਆ ਉਹਦੀ ਵੀਡੀਓ ਦੁਬਾਰਾ ਨਹੀਂ ਬਣਾਈ, ਨਹੀਂ ਬਣਾਈ, ਨਵੇਂ ਤੋਂ ਨਵਾਂ ਮਾਲ ਲਿਆਂਦਾ। ਇੱਕ ਰਿਆ ਦਾ ਬੱਚਾ ਕੱਟੀ ਹੈ ਜੀ, 4 ਦਿਨ ਹੋਏ ਨੇ ਅਲੀ ਸੂਈ ਨਮਾਜ਼ ਨੂੰ। ਅੱਛਾ ਅੱਛਾ, ਆ ਵੇਖੋ ਜੀ, ਮਾਸ਼ਾਅੱਲਾ 4 ਦਿਨ ਹੋਏ ਨੇ। ਲਓ ਜੀ, ਇਹਦੇ ਨਾਲ ਇਧਰ ਇੱਕ ਵਾਰ ਨਾਲ ਠੱਲਿਆ ਜਾਂਦੇ, ਇੱਥੇ ਬਿਲਕੁਲ ਨਾਲ ਕਰੋ, ਇੱਥੇ ਇਧਰ ਲਾ, ਇੱਥੇ ਕੱਟੀ ਮੰਗਾ ਰਹੇ ਦੁੱਧ ਜਿਹੜਾ ਚੋਕਾ ਨਹੀਂ ਦੇਣਾ, ਸਾਰਾ ਫਿਰ ਦੀ ਅਸੀਂ ਗਾਰੰਟੀ ਦੇਵਾਂਗੇ।
18 किलो दूध की गारंटी क्या बात है जी। बंदे दसते ना कि साडी झोटी 20 सिर देवेगी ते 25 सिर देवेगी। घर जाके दूध नहीं देंदियां मज्जां। हां जी साडे को लिखवा के ले जावण साडी मज्ज दूध ना देवे असीं उहदा जिम्मेदार बणा के। हां सजादा लगे जी बाकी गल्लां जिहड़ियां ने ओला पा के ने वड्डे बोल जिहड़े ने हुंदे ने। हां जी ना कोई जानवर दे ने ते ना कोई बंदे दे। माशाल्लाह जी ना कैमरा थल्ले लो जी तसल्लीया करो इना डोने भरने दे। माशाल्लाह जी वेखो इस उत्ते जानवर कदी नहीं लभना नहीं लभना इत्थे गारंटीयां भी लभनियां ने। माशाल्लाह जी झोटी चेक कराओ झोटी नंबर 2 लो जी चेक करो करो जी शौक दे नजारे ठीक है 8 महीने दी है 8 महीने दी 8 महीने दे। माशाल्लाह जी सली करो काशी अग्गे हो यार अल्लाह क्या बात है एवें बरा सब अच्छा पीछे ला लवा लो जी एक और फड़े एक पुत वेख झोटी दा किसे दे घर बच्ची होवे ना। हां जी ते जकीन कर कोई बेचण दा नाम ही नहीं लेंदा नहीं लाएगा नहीं मजबूरी तू जेड़ा डंगर है जिदा डंगर बिकदा है ना। हां जी मजबूरी तू बिकदा है शौक ना डंगर कोड़ी को बंदा बेचदा। अच्छा किदा दिल करदा है कि यार एडा डंगर तैयार होया घाटी लबदा सर साहब ऐ झोटी ने गवा यार। लो जी इधर आ देखो माशाल्लाह क्या बात है माशाल्लाह किन्ना वजन हो जाए बननी 4 लाख 520 रुपए किलो साहब 520 ਦਾ ਸਾਹਮਣੇ ਵਾਲੇ 4 ਕੁ ਲੱਖ ਦੀ ਬਣੇਗੀ। ਅੱਛਾ ਅੱਛਾ ਕਿਉਂਕਿ ਆਪਾਂ ਗਲਤ ਬਿਆਨੀ ਨਹੀਂ ਕਰਨੀ ਆਪਾਂ ਇਹ ਲੈਣਾ ਕਿ 3 ਦੀ ਬਣਨੀ ਹੈ। ਅੱਛਾ ਜਿਹੜੀ ਬਣਨੀ ਹੈ ਜਿਹੜੀ ਐਵਰੇਜ ਬਣਨੀ ਜਿਹੜੀ ਪਹਿਲਾਂ ਵਿਖਾਈ ਹੈ ਉਹ 3 10 ਦੀ 3 15 ਦੀ 3 20 ਦੀ ਬਣਨੀ ਹੈ। ਅੱਛਾ ਇਹਨਾਂ 4 ਲੱਖ ਦੇ ਅੰਦਰ ਪਾਰ ਮਿਲਣਾ। ਅੱਛਾ ਅੱਛਾ ਜੀ ਠੀਕ ਹੈ ਜੀ ਆ ਬਗਾ ਮਾਸ਼ਾਅੱਲਾ ਇੱਧਰ ਵੇਖੋ ਜੀ ਸ਼ੌਕ ਦੇ ਨਜ਼ਾਰੇ ਕਰ ਲਓ ਭਾਈ ਸਾਰੇ ਮਾਸ਼ਾਅੱਲਾ ਜੀ ਆਏ ਹੈ ਮਾਸ਼ਾਅੱਲਾ ਹਾਂ ਤਸਲੀਆਂ ਕਰੋ ਮਾਸ਼ਾਅੱਲਾ ਜੀ 4-4 ਮਹੀਨੇ ਦੀਆਂ ਕਬੜਾਂ ਦੋਵੇਂ 4-4 ਮਹੀਨੇ ਦੀਆਂ। ਅੱਛਾ ਅੱਛਾ ਥੋੜਾ ਟੋਰ ਪਰ ਕਰੋ ਜੀ ਮਾਸ਼ਾਅੱਲਾ ਕੀ ਬਾਤ ਹੈ ਜੀ ਲਓ ਜੀ ਸਲੀ ਕਰੋ ਜੀ ਇਹਨੇ 4-4 ਮਹੀਨੇ ਦੀਆਂ ਨੇ 450 ਰੁਪਏ ਕਿਲੋ ਹਾਂ 450 ਰੁਪਏ ਕਿਲੋ ਹੀ ਮਿਲਣ ਗਿਆ 450 ਰੁਪਏ ਕਿਲੋ ਵਜ਼ਨ ਐਡੀਏ ਮੁਤਾਬਕ ਕਿੰਨਾ ਹੋਵੇ ਐਡੀਏ ਦੇ ਮੁਤਾਬਕ ਇਹ ਬਣਨੀਆਂ ਨੇ 1,80,000 ਦੀ 1,85,000 ਦੀ 1,75,000 ਦੀ ਇਹ ਐਵਰੇਜ ਕਿਉਂ 19-20 ਦਾ ਫਰਕ ਪੈ ਸਕਦਾ। ਅੱਛਾ 5-10,000 ਦਾ ਵਾਧਾ ਘਾਟਾ ਹੋ ਸਕਦਾ ਜਿਹੜਾ ਵਜ਼ਨ ਦੱਸਣ ਦਾ ਹੈ ਨਾ। ਹਾਂਜੀ ਇਹ ਬਣ ਜਾਵੇ 70 ਤੋਂ ਲੈ ਕੇ 85 ਤੱਕ ਦੀ ਰੇਂਜ ਹੈ। ਅੱਛਾ ਅੱਛਾ ਇਹਨੀ ਰੇਂਜ ਰੱਖ ਕੇ ਲਿਆਵਾਂ ਇਹਨੀ ਰੇਂਜ ਰੱਖ ਕੇ ਲਿਆਵਾਂ ਸਕਰੀਨਸ਼ਾਟ ਲਵਣ ਜਿਹੜੀ ਝੋਟੀ ਪਸੰਦ ਲੱਗੇ ਸਕਰੀਨਸ਼ਾਟ ਲਵਣ ਹਾਏ 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 ਆ ਗਿਆ ਕਿ ਸਾਨੂੰ ਐਂ ਦਾ ਮਾਲ ਚਾਹੀਦਾ ਇੱਥੇ ਥਲ ਨਾਲੋਂ ਵੀ ਥਲੀ ਚਾਹੀਦੀ ਹੈ ਸਾਨੂੰ। ਹਾਂਜੀ ਠੀਕ ਹੈ ਆਹ ਆ ਨਹੀਂ ਆ ਇਹ ਜਨੂਨੀ ਆਸ਼ਕ ਹੈ ਨਹੀਂ ਰੇ ਹਾਂ ਹਾਂ ਵਾਕਈ ਠੀਕ ਹੋ ਗਿਆ। ਹਾਂਜੀ ਬੜੇ ਬੜੇ ਬੰਦੇ ਕੰਮ ਕਰਦੇ ਨੇ ਸਾਹ ਬਸ ਇਹ ਨਹੀਂ ਆਂਦੇ ਕਿ ਸਾਰ ਨਾਲ ਚੰਗੇ ਆ। ਹਾਂਜੀ ਅਸੀਂ ਸਾਰ ਨਾਲ ਪੈੜੇ ਆ ਬਿਲਕੁਲ ਲੇਕਿਨ ਮਾਲ ਸਾਡਾ ਸਾਰ ਨਾਲ ਚੰਗਾ। ਹਾਂ ਇਨਸ਼ਾਅੱਲਾ ਜੀ ਇਨਸ਼ਾਅੱਲਾ ਅਸੀਂ ਭਾਵੇਂ ਪੈੜੇ ਆ ਮਾਲ ਸਾਡਾ ਚੰਗਾ ਸਾਰ ਨਾਲੋਂ ਕਿਆ ਬਾਤ ਨਹੀਂ ਮਾਲ ਤਾਂ ਫਿਰ ਕਿਆ ਬਾਤ ਹੈ ਜੀ ਰਾਜ ਸਾਹਿਬ ਪੈੜੇ ਖੈਰ ਸਰ ਤੁਸੀਂ ਕਾਹਦੇ ਜੀ ਨਜ਼ਰ ਸਾਹਿਬ ਜੀ ਜੀ ਭਾਈ ਨਾ ਕੋਈ ਵੰਡੇ ਦੀ ਪਲੀ ਹੋਈ ਏ ਹਾਂਜੀ ਨਾ ਕੋਈ ਫੀਡ ਦੀ ਪਲੀ ਹੋਈ ਏ ਹਾਂਜੀ ਇਹਨਾਂ ਇਹ ਜਿਹੜੀਆਂ ਵੰਡੇ ਵਾਲੀਆਂ ਪਲੀਆਂ ਹੁੰਦੀਆਂ ਨਾ ਬੰਦੇ ਬੜੇ ਗੱਲਾਂ ਕਰਦੇ ਨੇ ਨਾ ਹਾਂਜੀ ਉਹ ਵੰਡੇ ਦੀ ਪਲੀ ਹੋਈ ਛੋਟੀ ਜਿਹੜੀ ਜਿਹਨਾਂ ਸਾਰੇ ਦੀ ਪਲੀ ਹੋਈ ਉਹ ਦੁੱਧ ਨਹੀਂ ਦਿੰਦੀ। ਅੱਛਾ ਹਾਂਜੀ ਕੋਈ ਲੈ ਕੇ ਵੇਖ ਲਵਣ ਡੱਕ ਕੇ ਵੇਖ ਲਵਣ 10 ਲੈ ਲਵਣ ਸਾਰੇ ਦੀਆਂ ਪਲੀਆਂ 1 ਲੈ ਲਵਣ ਪੱਟਿਆਂ ਦੀ ਪਲੀ ਹੋਈ ਨਤੀਜਾ ਜੇ ਸਲੈਂਡ ਤੇ ਆਣ ਕੇ ਵੇਖ ਲਵਣ ਬਿਲਕੁਲ ਸਹੀ ਹੋ ਗਿਆ ਸਾਡੇ ਕੋਲ ਹੁੰਦਾ ਜਾਨਵਰ ਪੱਠੇ ਦਾ ਪੜਿਆ ਆ। ਅੱਛਾ ਅੱਛਾ ਸਾਡੇ ਕੋਲ ਜਾਨਵਰ ਤਿਆਰ ਹੋਇਆ ਨਹੀਂ ਹੁੰਦਾ। ਅੱਛਾ ਤੇ ਤਿਆਰ ਹੋਇਆ ਜਾਨਵਰ ਦੁੱਧ ਨਹੀਂ ਦਿੰਦਾ ਦੁੱਧ ਇਹ ਹੀ ਕਰਮਾਲੀਆਂ ਦੇ ਦਿੰਦੀਆਂ। ਮਾਸ਼ਾਅੱਲਾ ਜੀ ਸਿਆਣੇ ਬੰਦੇ ਬੜੇ ਬੜੇ ਸਿਆਣੇ ਬੰਦੇ ਨੇ ਹਾਂਜੀ ਜਿੰਨਾਂ ਕੋ ਮਰਜ਼ੀ ਪੁੱਛ ਲਵਣ ਬਿਲਕੁਲ ਸਹੀ ਗੱਲ ਹੈ ਡਾਊਟ ਹੋਵੇ ਜਿਹਨੂੰ ਹੋਵੇ ਕਿ ਝੂਠ ਬੋਲਦੇ ਨੇ ਹਾਂਜੀ ਉਹ ਪੁੱਛ ਲਵਣ ਸਕਦੇ ਨੇ ਜਿੰਨਾਂ ਕੋ ਮਰਜ਼ੀ ਪੁੱਛ ਲਵਣ। ਕੀ ਬਾਤ ਹੈ ਜੀ ਠੀਕ ਹੋ ਗਿਆ ਸਰ ਲਓ ਜੀ ਅੱਗੇ ਚਲੋ ਜੀ ਮਾਸ਼ਾਅੱਲਾ ਲਓ ਜੀ ਇਹ ਵੇਖੋ ਜੀ ਮਾਸ਼ਾਅੱਲਾ ਕਿਆ ਬਾਤ ਹੈ ਜੀ ਕੈਮਰਾ ਲਾਓ ਜਰਾ ਕੋ ਲਓ ਜੀ ਅੱਖਾਂ ਦੇ ਐ ਬੰਡੇ ਵਾਂਗੂ ਚਮਕ ਰਹੀਆਂ ਜੀ ਮਾਸ਼ਾਅੱਲਾ ਠੀਕ ਹੋ ਗਿਆ ਆ ਵੇਖੋ ਜੀ ਮਾਸ਼ਾਅੱਲਾ ਲਓ ਜੀ ਤਸੱਲੀ ਕਰੋ ਜੀ ਹਾਂ ਹਾਂ ਮੋਰਨੀ ਵਾਂਗੂ ਚਾਲਾਂ ਕਿਆ ਬਾਤ ਹੈ ਜੀ ਇਹ ਤਾਂ ਡਾਂਸ ਵੀ ਕਰਦੀ ਏ ਰਾਜ ਸਾਹਿਬ ਕਿੰਨੇ ਮਹੀਨੇ ਦੀ ਗੱਬਣ ਹੈ ਜੀ ਸਾਢੇ 3 ਮਹੀਨੇ ਦੀ ਗੱਬਣ ਜੀ ਮਾਸ਼ਾਅੱਲਾ ਸਾਢੇ 400 ਰੁਪਏ ਕਿਲੋ ਰੁਪਏ ਕਿਲੋ ਜੀ ਭਾਈ ਜਾਨ ਮਾਸ਼ਾਅੱਲਾ ਜੀ ਕਰੋ ਜੀ ਸ਼ੌਕ ਦੇ ਨਜ਼ਾਰੇ ਮਾਸ਼ਾਅੱਲਾ ਮਾਸ਼ਾਅੱਲਾ ਕਿਆ ਬਾਤ ਹੈ ਜੀ ਵੇਖੋ ਪਸ਼ਮ ਵਾਲੀ ਜੁੜੀ ਲੰਬਾਈ ਚੈੱਕ ਕਰੋ ਕਿਆ ਬਾਤ ਹੈ ਆ ਵੇਖੀ ਜੋ ਹੁਣ ਹਾਂ ਮਾਸ਼ਾਅੱਲਾ ਹੁਣ ਆਇਆ ਮੈਂ ਚੱਡੇ ਦੇ ਤਕਰੀਬਨ 10 ਫੁੱਟ ਲੰਬਾਈ ਝੋਟੀ ਦਾ ਕੈਮਰਾ ਪੂਰੀ ਤੇ ਹਾਂਜੀ ਕਿਆ ਬਾਤ ਹੈ ਜੀ ਮਾਸ਼ਾਅੱਲਾ।
ਦਿਲ ਖੁਸ਼ 6 ਮਹੀਨੇ ਦੀ ਕੱਪਣ ਹੈ ਰਾਜ ਸਾਹਿਬ ਆਹ ਜਨੂਨੀ ਆਸ਼ਕੀ ਮੇਰੇ ਬੰਦਿਆਂ ਦੇ ਕੋਲ ਛੁੱਟੀ ਨਹੀਂ ਖਲੋਂਦੀ ਛੁੱਟੀਆਂ ਜਿੱਥੇ ਮਰਜ਼ੀ ਖਲਾਤੀ ਰੱਖ ਹਾਂ ਲਾ ਸਿੰਘਾਂ ਦਾ ਲਾ ਕੈਮਰਾ ਸਿੰਘ ਤਾਂ ਹੈ ਹੀ ਕੋ ਨਹੀਂ ਜਿਵੇਂ ਇੱਥੇ ਲਾ ਕੇ ਕੈਮਰਾ ਬਲਾ ਬਿਲਕੁਲ ਇਹ ਤਾਂ ਫੂਕ ਮਾਰ ਕੇ ਵਿਖਾਵਣ ਕਾ ਨਹੀਂ ਲੱਗਣੀ ਹੋਰ ਫੁੱਡੇ ਲੱਗਦੀ ਵੇਖੋ ਨਾ ਉਂਗਲ ਨਹੀਂ ਲੱਗੇਗੀ ਇਨਸ਼ਾਅੱਲਾ ਤਾਲਾ ਅੱਲਾ ਦੇ ਹੁਕਮ ਨਾਲ 6 ਮਹੀਨੇ ਦੀ ਕਬਾ ਉੱਤੇ ਵੇਖ ਪਸ਼ਮ ਛੁੱਟੀ ਦੇ ਲਾ ਜੀ ਚੈੱਕ ਕਰੋ ਜੀ ਮਾਸ਼ਾਅੱਲਾ ਜੀ ਚੈੱਕ ਕਰ ਲਓ ਸਲੀ ਦੇ ਨਾਲ ਇੱਕ ਮਿੰਟ ਉਹ ਗਰਬਾ ਆ ਜਾ ਵੀਡੀਓ ਸਰ ਨਾਲ करो जी शव दे जुटिया जी छा गया दो लाख पंजी दी अच्छा दुध पीते ने राय साहब के डेरे तो ऐसा माल लभदा है क्या बात है राय साहब तुसी ग्रेट हो माशाल्लाह जी शहजादा वीर छा गया जी क्या बात है जी लो जी उस अगली चोटी आ गई जी माशाल्लाह ब्रेक बूथी तसली ना चेक करो बिल्ली दे वांगू अंडे जी अखां चमक रही ने क्या बात है माशाल्लाह जी जिहड़ी चीज पसंद आवे स्क्रीन शॉट लवो जी हाय तसल्ली करो जी माशाल्लाह जी किन्ने दी तकरीबन वजन कि 350-400 kg 400 मतलब 10 मन आली किन्ने महीने दी गबने जी माशाल्लाह स्क्रीन शॉट लो जी लो जी वेखी हो जी 400 अच्छा राय साहब माशाल्लाह डिलीवरी खुद हो गए तसल्ली करो जी मैं ढिला नहीं मैं टैट हां मेरी बोलती बंद हो गई माशाल्लाह एक चोटी खाना दूजे बोल जाती है माशाल्लाह जी लो जी किन्ने महीने दी ਕਿਹੜਾ ਕਿਸੇ ਕੋਲ ਪੈਸੇ ਲੈਣੇ ਨੇ ਹਾਂਜੀ ਅਦਰ ਸਾਹਿਬ ਆਵਣ ਵਿਜ਼ਿਟ ਕਰਨ ਨੇ ਕੋਰੇ ਬਿਲਕੁਲ ਜੇ ਵਿਜ਼ਿਟ ਕਰਨ ਚੰਗੀ ਲੱਗੇ ਸ਼ਾ ਤੇ ਪਸੰਦ ਕਰਨ ਵੀ ਚੋਣ ਲੈਣ ਪੈਸੇ ਕਰਾ ਦੇ ਬਿਲਕੁਲ ਸਹੀ ਗੱਲ ਹੈ ਅਸੀਂ ਇਹ ਨਹੀਂ ਆਂਦਾ ਕਿ ਸਾਡੇ ਕੋਲ ਪੈਸੇ ਲਾ ਕੇ ਆਵੋ ਸਾਨੂੰ ਕੋਈ ਬਿਆਨਾ ਸੈਂਡ ਕਰੋ ਫਿਰ ਸਾਡੇ ਕੋਲ ਇਸ ਦੀ ਕੋਈ ਗੱਲ ਨਹੀਂ ਅੱਛਾ ਸਾਡੇ ਕੋਲ ਆਵੋ ਵਿਜ਼ਿਟ ਕਰੋ ਜੇ ਚੀਜ਼ ਚੰਗੀ ਲੱਗੇ ਤੇ ਪਿੱਛੋਂ ਆਨਲਾਈਨ ਕਰਾ ਦਿਓ ਜੀ ਠੀਕ ਹੈ ਜੀ ਠੀਕ ਤਸੱਲੀ ਆਪਣੀ ਜਿੱਥੇ ਮਰਜ਼ੀ ਜਾ ਕੇ ਕਰਾਵਾਂ ਡਾਕਟਰ ਨਾਲ ਲਿਆਉਣਾ ਸੱਤ ਬਿਸਮਿਲਲਾ ਨਾਲ ਲੈ ਕੇ ਆ ਜਾਓ ਅਗਰ ਨਾਲ ਨਹੀਂ ਲਿਆਉਂਦੇ 3 ਮਹੀਨੇ ਦੀ ਗਾਰੰਟੀ ਹੈ 8 ਦਿਨਾਂ ਚੈੱਕ ਕਰਾ ਕੇ ਸਾਨੂੰ ਕਾਲ ਕਰਾਓ ਜੀ ਠੀਕ ਹੋ ਗਿਆ ਜੀ ਸਰ ਆਇਤ ਲਾ ਲਓ ਜੀ ਆ ਵੀ ਚੈੱਕ ਕਰੋ ਜੀ ਮਾਸ਼ਾਅੱਲਾ ਜੀ
कमी हो तज दसा जे खूबसूरती कमी तज दसा जे पशम लो आवे ते तज दसा जे परांदे चेक करो माशाल्लाह वेखो है इधर आओ पिछा परांदे दे भी नाले है परांदे मरा पूछल वेखो क्या बात है जी माशाल्लाह पुठे वेखो सात दिन इत ला जोटे हां जी आ वेखो माशाल्लाह थाने के लाटू ने सात दिन बंदे घर सुते रहंदे ने 8 बजे आंदे ने जी मंडी आ गए जी असी मंडी ते जाना हां मैं कहया मंडी तो तू 10 लपियां 15 लपियां 20 लपियां लद के दूरा ला लिया हां जो फिरने जो फिरया नहीं जी दा माल लगदा है बिल्कुल जी सही मंडी दे जिंदा माल नहीं लभदा नहीं 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 मंडी दी गल याद रखण जिंदा दिल करदा मंडी दा भाग जावे हां जी पूरी पाकिस्तान दे बचाओ फर एक जिंदा दिल करदा मंडी दे भाग जावणा अच्छा अच्छा ए दी मंडी तो माल नहीं लभेगा हां इंदा माल लभदा जू फिरया अल्लाह दे हुक्म नाल जू फिरी दी जू च फिर फरा के माल लभदा क्या बात है दो लपण तीन लपण चार लपण जू फिर के लभदा वाह बढ़िया मेहनत कर रहे जी माशाल्लाह देखो जी मेहनत करनी पैंदी कुछ भ्रावण वास्ते करने है कुछ पेट वास्ते करने है बिल्कुल सही गल है जी ठीक है साफ लफ्जा गल्ला ने बस ये नहीं आदा कसी अपना जी अपने लालच नु करना है कुछ भ्रावण वास्ते करी दिए कुछ अपने पेट वास्ते करी दिए हां पेट भी निकलदा भ्रा भी राजी हुंदे ने नाले भ्रा आंदे ने जी करोड़पति क्यों नहीं बनते करोड़पति साडा कारोबार हां जी कारोबार जेड़ा बंदा कारोबार करता है ना हां जी वो माल टकदा नहीं अल्हम्दुलिल्लाह जी माल टक्या मेरे घर 10 तो 15 मज्जा खलोतिया या ना गावा खलोतिया ना माल टक्या घर भी अच्छा अच्छा ठीक है ए नहीं के गल के मार घर नहीं रखया साडा कारोबार है ਹੁਣ ਜਿਹੜਾ ਸੁਨਾਰੇ ਦਾ ਕੰਮ ਹੈ ਮੈਂ ਮਿਸਾਲ ਦੇਣ ਲੱਗਾ ਭਰਾਵਾਂ ਨੂੰ ਸੁਨਾਰੇ ਦਾ ਕੰਮ ਹੈ ਸੋਨਾ ਲੈਣਾ ਵੇਚਣਾ ਅਗਰ ਸੁਨਾਰਾ ਖਾਲੀ ਰੱਖ ਲਵੇ 1 ਲੱਖ 1.5 ਲੱਖ ਤੂੰ ਵੀ ਸੋਨਾ ਰਿਹਾ ਹੁਣ ਇਸ ਟਾਈਮ 2 ਲੱਖ 30 ਹੋ ਗਿਆ ਉਹ 198000 ਅੱਜ ਦੀ ਖਬਰ ਹੈ 1 ਲੱਖ 2 ਲੱਖ 5000 ਦਾ ਅੱਜ ਤੋਂ ਪਹਿਲੇ ਹਫਤਾ ਸੀ ਨਾ ਅੱਛਾ ਹਾਂਜੀ ਹੁਣ 2 ਲੱਖ 30 ਦੀ ਆਵਾਜ਼ ਆ ਰਹੀ ਹੈ ਹਾਂ ਜੇ ਸੁਨਾਰਿਆਂ ਨੂੰ ਪਤਾ ਹੋਵੇ ਤਾਂ ਸੁਨਾਰਾ ਕਿਉਂ ਵੇਚਦਾ ਸੋਨਾ ਉਹ ਅਮੀਰ ਹੋ ਕੇ ਅਮੀਰ ਹੋਇਆ ਜਾਵੇ ਹਾਂ ਬਿਲਕੁਲ ਇਹ ਗੱਲ ਸੱਚ ਬੰਦੇ ਦਾ ਜਿਹੜਾ ਵੀ ਬੰਦਾ ਨਾ ਉਹਦਾ ਕਾਰੋਬਾਰ ਹੈ ਹੁਣ ਗੱਡੀਆਂ ਦਾ ਸ਼ੋਰੂਮ ਦੇ ਹਾਂਜੀ ਉਹ ਨਾ ਵੇਚਣ ਉਹ ਘਰ ਰੱਖ ਲਵਣ ਕਿਉਂ ਵੇਚਦੇ ਪੈਣੇ ਹਾਂ ਇਹ ਕਦੋਂ ਸੱਚੀ ਰੇਟ ਤਾਂ ਅਲੱਗ ਵਧੇ ਜਾਂਦੇ ਨੇ ਰੇਟ ਵਧੇ ਨਹੀਂ ਜਾਂਦੇ ਉਹ ਘਰ ਰੱਖਣ ਕਿਉਂ ਨਹੀਂ ਰੱਖਣਦਾ ਹਾਂਜੀ ਬਿਲਕੁਲ ਇੰਜ ਕਰਦਾ ਕਿਉਂਕਿ ਉਹਦਾ ਕਾਰੋਬਾਰ ਹੈ ਕਾਰੋਬਾਰ ਹੈ ਉਹਦਾ ਵੀ ਕਾਰੋਬਾਰ ਹੈ ਬੇਸ਼ੱਕ ਸੋਨਾ ਵੀ ਲਿਆਣ ਕੇ ਵੇਚਣਾ ਮਿੱਟੀ ਵੀ ਲਿਆਣ ਕੇ ਵੇਚਣੀ ਹੈ ਬਿਲਕੁਲ ਸ਼ਹਿਜ਼ਾਦਾ ਵੀ ਠੀਕ ਹੈ ਸਾਡਾ ਜਿੰਦਾ ਕਾਰੋਬਾਰ ਹੈ ਉਹਨੂੰ ਹੀ ਪਤਾ ਹੁੰਦਾ ਹਾਂਜੀ ਐ ਮਾਸ਼ਾਅੱਲਾ ਜੀ ਕਰੋ ਜੀ ਸ਼ੱਕਾਂਗਾ ਤੂੰ ਹੀ ਭੁੱਲ ਜਾਏਗੀ ਤੂੰ ਹੀ ਵੇਖਾਂਗਾ ਤੂੰ ਹੀ ਭੁੱਲ ਜਾਵੇਗੀ ਤਾਂ ਹੀ ਮੈਂ ਚੁੱਪ ਕਰ ਜਾਣਾ ਮਾਸ਼ਾਅੱਲਾ ਜੀ ਚੈੱਕ ਕਰੋ ਜੀ ਮਾਲ ਕੁਆਲਿਟੀ ਦਾ ਰਹਿ ਸਾਹਿਬ ਦਾ ਮਾਸ਼ਾਅੱਲਾ ਸ਼ੌਕ ਦੇ ਨਜ਼ਾਰੇ ਪੂਰੇ ਕਰੋ ਛੋਟੀ ਆ ਥੋੜੀ ਜਿਹੀ ਲਿੱਸੀ ਹਾਂ ਕੱਦ ਬਹੁਤ ਪੂਰਾ ਝੋਟੀ ਦੇ ਕੋਲ ਜਿਵੇਂ ਹੱਕ ਬਣਦਾ ਝੋਟੀ ਦਾ ਨਾ ਕੱਦ ਆ ਹਾਂ ਵਾਕੇ ਮੈਂ ਤਾਂ ਬੋਲਣਾ ਹੀ ਨਹੀਂ ਫਿਰ ਆਂਦੇ ਨੇ ਬੋਲਦਾ ਵੇਖੋ ਮਾਸ਼ਾਅੱਲਾ ਕੀ ਬਾਤ ਹੈ ਜੀ ਲੰਬਾਈ ਚੈੱਕ ਕਰੋ 50 ਰੁਪਏ ਕਿੰਨਾ ਮਿਲੇਗੀ ਵਾਹ ਜੀ 450 ਬਣੇਗੀ 1 ਲੱਖ 80 ਦੀ 85 ਦੀ ਅੱਛਾ 1 ਲੱਖ 80 ਦੀ 85 ਦੀ 1 ਲੱਖ 80 85 ਦੀ ਲਓ ਜੀ ਆ ਚੈੱਕ ਕਰੋ ਜੀ ਇਹ ਵੀ 6 ਮਹੀਨੇ ਦੀ ਗੱਬਣ ਹੈ ਇੱਧਰ ਆ ਜਾ ਕਰਮ ਵਾਲੀਏ 6 ਮਹੀਨੇ ਦੀ ਗੱਬਣ ਜੀ ਮਾਸ਼ਾਅੱਲਾ ਇੱਧਰ ਆ ਚੈੱਕ ਕਰ ਲਓ ਜੀ ਕਾਲਾ ਬ੍ਰਾਂਡ ਆ ਗਿਆ ਜੀ ਅੱਜ ਤੇਰੀ ਖੈਰ ਦੋਵੇਂ ਟੋਰੋ ਇਹਦੇ ਆ ਅਦਰ ਸਾਹਿਬ ਅੱਗੇ ਆ ਕੇ ਅੱਗੇ ਆਵਾਂ ਜੀ ਆ ਗਿਆ ਭਰਾ ਤੁਹਾਡਾ ਅੱਗੇ ਠੀਕ ਹੈ ਇੱਥੇ ਲਾ ਕੈਮਰਾ ਦੋਵੇਂ ਛੁੱਟੀਆਂ ਤੇ ਲੱਗੀ ਹੋਈ ਹੈ ਲਓ ਚੈੱਕ ਕਰੋ ਜੀ ਹਾਂ ਵੇਖੋ ਜੀ ਮਾਸ਼ਾਅੱਲਾ ਕੀ ਬਾਤ ਹੈ ਲਾ ਛੋਟੀ ਤੇ ਦੋਵੇਂ ਇੱਕ 6 ਮਹੀਨੇ ਦੀ ਇੱਕ 5.5 ਮਹੀਨੇ ਦੀ ਆ ਕਿੰਨੇ ਮਹੀਨੇ 5 ਮਹੀਨੇ ਦੀ ਆ 6 ਮਹੀਨੇ ਦੀ ਆ 6 ਮਹੀਨੇ ਦੀ ਠੀਕ ਹੈ 450 ਰੁਪਏ ਦੋਵੇਂ ਕਿਲੋ ਮਿਲਣ ਗਿਆ 450 ਛੋਟੀ ਦੀ ਨਸਲ ਦੇਖਾ ਮੇਰੇ ਭਰਾਵਾਂ ਨੂੰ ਛੱਡ ਜਾ ਜੀ ਹਾਂ ਵਾਹ ਜੀ ਇਹ ਕਿਹੜੀ ਨਸਲ ਹੈ ਮੇਰੇ ਭਰਾ ਬੜੇ ਸਿਆਣੇ ਬਣਦੇ ਰਹੇ ਨਸਲ ਦੱਸ ਦੇ ਬਣ ਕਮੈਂਟ ਸੱਚ ਅੱਛਾ ਕਮੈਂਟ ਸੱਚ ਦੱਸਣ ਕਰਨਾ ਨਸਲ ਛੋਟੀ ਦੀ ਸੱਲਾ ਬਖਰਾ ਦਿੰਦੇ ਅੱਜ ਆ ਦੇਖੋ ਜੀ ਆ ਜਾ ਕਰਮਾਂ ਇਹ ਕਿਧਰ ਜਾ ਰਹੀ ਹੈ ਚੈੱਕ ਕਰੋ ਜੀ ਤਸੱਲੀ ਕਰੋ ਜਾ ਜੁੱਤੀ ਆ ਚੱਲ ਫਰਮ ਲੈ ਕੇ ਲਓ ਜੀ ਅਗਲੀ ਜੋਟੀ ਵੇਖ ਲਓ ਜੀ ਮਾਸ਼ਾਅੱਲਾ ਹਾਂ ਹਾਂ ਕੀ ਬਾਤ ਹੈ ਜੀ ਹੁਸਨ ਦੀਆਂ ਪਰੀਆਂ ਨੇ ਹੁਸਨ ਦੀਆਂ ਸ਼ਹਿਜ਼ਾਦੀਆਂ ਰਹਿ ਸਾਹਿਬ ਦੇ ਡੇਰੇ ਤੇ ਇਸ ਵੇਲੇ ਮੌਜੂਦ ਨੇ
ਨੰਬਰ ਬਿਲਕੁਲ ਇਹਸਾਨ ਠੀਕ ਹੈ ਬਗਾ ਬਾਹਰ ਮਾਲ ਖੜਦਾ ਵੀ ਵਖੰਨੇ ਆ ਅੱਛਾ ਤੇ ਅੰਦਰ ਨਾਲ ਗਿਆ ਝੋਟੀਆਂ ਵਖਾ ਲਿਆ ਭਾਈ ਯਾਰ ਇਹਨਾਂ ਝੋਟੀਆਂ ਲੈਣ ਅੱਛਾ ਅੱਛਾ ਲੋਕ ਮਾਲ ਕਾਫੀ ਹੈ ਵੀਡੀਓ ਪੂਰੀ ਨਹੀਂ ਮਾਲ ਦੀ ਬਣਦੀ ਹਾਂਜੀ ਬਿਹਤਰ ਹੈ ਕਿ ਬੰਦੇ ਵਾਲਾ ਨਾ ਵੀਡੀਓ ਬਣਾ ਕੇ ਸੈਂਡ ਕਰੋ ਸਾਨੂੰ ਹਾਂਜੀ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਦਾ ਹਾਂਜੀ ਬਿਲਕੁਲ ਗੱਲਾਂ ਨਾ ਸਾਫ ਸਿੱਧੀਆਂ ਅਸੀਂ ਨਾ ਵੀਡੀਓ ਬਣਾ ਕੇ ਕਿਸੇ ਨੂੰ ਸੈਂਡ ਕਰਨੀ ਹੈ ਸਾਡੇ ਕੋਲ ਆਵਣ ਵਿਜ਼ਿਟ ਕਰਨ ਜਿਹੜਾ ਜਾਨਵਰ ਪਸੰਦ ਲੱਗੇ ਉਹ ਜਾਨਵਰ ਲਵਣ ठीक है बिल्कुल सही 24 घंटे यार दिन रात आवन दिन नु आवन रात नु आवन 24 घंटे 80 90 डंगर जानवर बच जावेगा अच्छा अच्छा तकरीबन 80 90 जानवर जिन्ने एक लानी दो लानी चार लानी 10 लानी 20 लानी आवन मौके ते पसंद करन ले जावन बिल्कुल सही हो गया जी लो जी चेक करो क्या बात है चेक करो कद बहुत लगा लंबाई चेक करो कद कार्ड चेक करो कद वाली जोड़ियां माशाल्लाह ता किन्ने महीने का बा ਇਹ ਜੀ 4 ਮਹੀਨੇ ਦੇ ਭਾਈ ਇਹ ਉਵੇਂ ਲੰਬਾਈ ਅੱਛਾ ਅੱਛਾ ਆ ਜਾਓ ਲੋ ਭਾਈ ਇਹ ਰਕੋ ਪੁੱਛ ਰਹੇ ਜੀ ਕਿਵੇਂ ਕਿਵੇਂ ਰਾਤਾ ਹੋਇਆ ਕਿੱਥੋਂ ਆਏ ਨੇ ਕਿੱਥੇ ਨੇ ਵਾਲੇਕੁਮ ਸਲਾਮ ਕੀ ਹਾਲ ਹੈ ਜੀ ਠੀਕ ਸਹੀ ਤੁਸੀਂ ਅਸੀਂ ਠੀਕ ਹੈ ਅਲਹਮਦੁਲਿਲਾ ਕਿਹੜੇ ਇਲਾਕੇ ਦੇ ਅੰਕਲ ਜੀ ਤੱਲਗ ਰੱਖਦੇ ਜੀ ਮਲਤਾਨ ਜ਼ਿਲ੍ਹਾ ਮਲਤਾਨ ਜ਼ਿਲ੍ਹਾ ਮਲਤਾਨ ਤੋਂ ਆਏ ਜੀ ਹਾਂ ਪੁਰਾਣਾ ਸੁਜਾਬਾ ਰੋਡ ਅੱਛਾ ਅੱਛਾ ਮੋਜ਼ਾ ਤਾਰੇਗੜ ਬਸਤੀ ਆਦੀਵਾ ਉੱਥੋਂ ਆਏ ਜੀ ਬੜਾ ਪੰਦ ਛਕਿਆ ਜੀ अपनी मर्जी ने पसंद किया माल सोना आखिर तुहाडा किन्ना कु तजर्बा है इस काम च बाबा जी अच्छा मैं दोस्तों की मशवरा दोगे राय साहब को माल लेना चाहिए या नहीं लेना चाहिए राय साहब को माल लेना चाहिए बंदे चंगे ने बहुत चंगे आदमी है अच्छा हाँ, रात दे आए या सुबह आए जी असली रात ही आए बड़ा बन सके रात ठीक है रात ही आए अच्छा ये रात 2:30 बजे आए थे बस निकाल ले के बंदे दस देखो जोर ने हुंदा को हो रे जो राय साहब दस है वही है तकरीबन जानवर कितना बचा है जानवर कम से कम 100 किलो तो जानवर खड़ा माशाल्लाह जी दिल खुश हो गया जी माशाल्लाह 100 जानवर दे विचू जनाब उन्होंने अपनी मर्जी दी ली है उन्होंने गारंटी की दी गारंटी भी उन्होंने पूछो गारंटी भी देती है कितने महीने दी 6 महीने तक ਮਕਸਦ 3 ਮਹੀਨੇ ਦੀ ਗੱਭਣ ਛੋਟੀ ਉਹਨਾਂ ਨੇ 1 ਮਹੀਨੇ ਇੱਕ 4 ਮਹੀਨੇ ਦੀ ਅੱਛਾ ਅੱਛਾ ਇਹ ਆਪ ਦੱਸਦੇ ਨੇ 3 ਮਹੀਨੇ ਦੀ ਗੱਭਣ ਦਿੱਤੀ ਹੈ 3 ਮਹੀਨੇ ਦੀ ਉੱਤੇ ਗਾਰੰਟੀ ਦਿੱਤੀ ਹੈ 6 ਮਹੀਨੇ ਦੀ ਪਾਸ ਤੱਕ ਇਹਨਾਂ ਦੀ ਗਾਰੰਟੀ ਹੈ ਵਾਹ ਜੀ ਵਾਹ ਕੀ ਬਾਤ ਹੈ ਜੀ ਸ਼ਹਿਜ਼ਾਦੇ ਲੱਗੇ ਜੇ ਤੁਸੀਂ ਨਾਲ ਰਾਜ ਸਾਹਿਬ ਇਹ ਲਿਆ ਜੀ ਰੇਟ 450 ਰੁਪਏ 450 ਰੁਪਏ ਆਪਣਾ ਰੇਟ ਹੈ ਠੀਕ ਹੈ ਸੱਜਣ ਵਾਸਤੇ ਵੀ ਤੇ ਦੁਸ਼ਮਣ ਵਾਸਤੇ ਵੀ ਤੇ ਆਪਣੇ ਵਾਸਤੇ ਵੀ ਤੇ ਜਿੰਨਾ ਦਿਲ ਕਰਦਾ ਆਵੇ ਆਪਣਾ ਮਾਲ ਇੱਕ ਮਾਲ ਗਾਰੰਟੀ ਵਾਲਾ ਮਿਲੇਗਾ अच्छा एक लानी दो लानी चार लानी साडे को महीने डेढ़ वाली झोटी नहीं हुंदी अगर किसे महीने डेढ़ वाली झोटी लानी है ना वो असि 430 रुपए दे सकदे हां अच्छा महीने डेढ़ वाली 430 रुपए मिलेगी ते जेडी 4-5 महीने वाली तीन तुत्ते ते लानी ना किसे वो 450 ही मिलनी है बिल्कुल ठीक हो गया आ झोट मज दिखाओ सुवा सुई है एक सुवा सुई भी हां जी माशाल्लाह कट्टी आ कट्टी है सुवा सुई बाहर बची मैं अच्छा माशाल्लाह जी चेक करो है खास नीली क्या बात है जी सिर तू लाके पैरा तिकर वाकई जी यार चेक कर दे भैन भरा नहीं ना कोई कोले किसे झोटी दी नहीं होवेगी मेरी हर वीडियो ਦੇ ਵਿੱਚ ਆਵਾਜ਼ ਹੈ ਇਹ ਰਿਕਾਰਡ ਹੈ ਛੋਟੀ ਦੀ ਆਵਾਜ਼ ਹੈ ਹਾਂਜੀ ਬਿਲਕੁਲ ਜੀ ਇਹ ਗੱਲ ਇੱਕ ਦੀ ਨਹੀਂ ਹਰ ਛੋਟੀ 100 ਛੋਟੀ ਦੇ ਵਿੱਚੋਂ ਇੱਕ ਦੀ ਨਿਕਲ ਸਕਦੀ ਕਿ ਜਿਹਦੀ ਦੁੰਨੀ ਹੋਵੇਗੀ ਨਹੀਂ ਤਾਂ ਨਹੀਂ ਨਿਕਲੇਗੀ ਕੀ ਬਾਤ ਹੈ ਜੀ ਬੜੀਆਂ ਮਿਹਨਤ ਨੇ ਤੁਹਾਡੀਆਂ ਕਿੰਨੇ ਕਾਲੀਆਂ ਕੱਟੀਆਂ ਛੱਡ ਕੇ ਲਿਆ ਜਾਂਦਾ ਮਾਸ਼ਾਅੱਲਾ ਜੀ ਕਿੰਨੇ ਕੱਟੀਆਂ ਥੱਲੋ ਜੀ ਕਿੰਨੇ ਕਾਲੀਆਂ ਕੱਟੀਆਂ ਲਿਆ ਕੱਟੀਆਂ ਇੱਥੇ ਕੱਟੀਆਂ ਥੱਲੋ ਹੁਣੀਆਂ ਵੀ ਕੱਟੀਆਂ ਚਾਹੀਦੀਆਂ ਜੀ ਰਾਜ ਸਾਹਿਬ ਨਾਲ ਜਿਵੇਂ ਆ ਖੜੀ ਐਵੇਂ ਚਲਿਆ ਟਲਣੇ ਜੀ ਮਾਸ਼ਾਅੱਲਾ ਪਸ਼ਮ ਚੈੱਕ ਕਰੋ ਮਾਸ਼ਾਅੱਲਾ ਜੀ ਇੱਕ ਅੱਧੀ ਦੀ ਪਸ਼ਮ ਨਹੀਂ ਸਾਰੀਆਂ ਝੋਟੀਆਂ ਦੀ ਪਸ਼ਮ ਹੋਵੇਗੀ ਬੜੀ ਇਹਨਾਂ ਪੀਤਾ ਨਹੀਂ ਦੁੱਧ ਕੱਚੇ ਅੱਛਾ ਹਾਂ ਕੀ ਬਾਤ ਹੈ ਜੀ ਅੱਛਾ ਨਾਲ ਥੱਲੋ ਹਾਂ ਕਿੰਨੇ ਕਠੀਆਂ ਹੋਣੀਆਂ ਚਾਹੀਦੀਆਂ ਨੇ ਆਇਤ ਮਾਸ਼ਾਅੱਲਾ ਜੀ ਲਓ ਜੀ ਇਹ ਤਾਂ ਲਓ ਕੈਮਰਾ ਥੋੜਾ ਆਪ ਨੂੰ ਸ਼ਾਇਦ ਹੋਣਾ ਇੱਥੇ
माशाल्लाह जी दिल खुश कर देने राय साहब जी मैं केड़ियां केड़ियां तारीफा करा राय दियां माशाल्लाह हाय 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 क्या बात है जी तसल्ली करो जी माशाल्लाह ये किन्ने महीने का गब्बन है तीन महीने 450 रुपया किलो चलिए मैं अगले महल बार खड़ी है ना जी कोई कोली तुन्नी होवेगी छोटी मेरी होवेगी कैमरा ला जाते थे मेरे कैमरा करा जा अल्हम्दुलिल्लाह चेक करो जी क्या बात है जी माशाल्लाह लंबाई चेक लो कद मर्जी वाग जावन हां जी जिथे मर्जी वाग जावन इंदियां कटियां नहीं लबणियां कदाई होवे ठीक है टोरन ला चलो माशाल्लाह अगे चलो जी माशाल्लाह जी क्या बात है जी लो जी अगे चलो जी माशाल्लाह अज दूसरी साइड राह चलना है लो जी इस साइड तो अज शुरू होने जी माशाल्लाह देख लो गिनती कर लिया जी हम आपे ही माशाल्लाह बाहर भी चरने से भी खड़े ने इतने अंदर भी माल चेक कर लो जी 3-3.5 महीने 4 महीने तो लाया थे फुल तैयार टिकन जोटियां दस्ती आपने भरा दे कोल शौक करना तो राय साहब डेरे ते आओ माशाल्लाह जी हाय हाय अबे सुई चुवी जी मां जन बना के घर रखी है अच्छा चोर पीन वास्ते अच्छा अच्छा बिल्कुल ठीक हो गया जी माल इधर साहब पूरे नहीं हमदा माल को अंदर बजा को बाहर बजा को गांव पर 3 बजियां ने हां जी ठीक है आ माल जेड़ा अंदर बजा दिखाए नहीं था माल सारा खिंदा ही नहीं हैगा आ दिखाया जंदे नहीं मैं घंटे वीडियो हो जाए करे जी फिर भरावा हना जी ये जी साहब हाथ वाला रखा करो चेक की हो जी माशाल्लाह शौक करना हो राय साहब डेरे ते आओ शौक पूरा करना है ना एक दफा आओगे 10-20 जोड़ियां दे शौक पूरे नहीं हुंदे हां जी 10-20 जोड़ियां तो की लाना की देना बजना 20 हुंदे कट दा बंदा दस दंदा जी मेरी 50 बजी है हुन जसी भी कर सकणा है दा इथे बांध दितिया 20 उथे बांध दिया 5 उथे बांध दिया ਆਗਾ ਜੀ 60-70 ਛੋਟੀ ਬੱਜੀ ਸਵਾਦ ਹੁੰਦਾ ਜੀ 100 ਜਾਨਵਰ ਪੂਰਾ ਕਰਾਖਾ ਹਾਂ ਇਹ ਤੁਹਾਨ ਕੇ ਸ਼ੌਕ ਪੂਰੇ ਹੁੰਦੇ ਨੇ ਬਿਲਕੁਲ ਨਾ ਮੀਆਂ ਛੋਟੀਆਂ ਤੋਂ ਸ਼ੌਕ ਨਹੀਂ ਪੂਰੇ ਹੁੰਦੇ ਉੱਥੇ ਤਾਂ ਮਜਬੂਰੀ ਬਣ ਜਾਂਦੀ ਏ ਬੰਦੇ ਬਿਆਨਾਂ ਦੇ ਕੇ ਫਸ ਜਾਂਦੇ ਨੇ ਉਹ ਤਾਂ ਮਜਬੂਰੀ ਹੁੰਦੀ ਲੈਣਾ ਮਾਲ ਇੱਥੇ ਬਿਆਨਾ ਕੋਣੀ 100 ਜਾਨਵਰ ਕੋਈ 100 ਵਾਲਾ ਵਿਕਾ ਕਵੇਗਾ ਅਵੇ ਚੁੱਕੇ ਲੈ ਜਾਵੇ ਬਿਲਕੁਲ ਨਹੀਂ ਲੈਣਾ ਕਿ 2 ਦਿਨ ਦੇ ਟਾਈਮ ਦੇ ਜੀ ਠੀਕ ਹੋ ਗਿਆ ਕੱਟੀਆਂ ਵੀ ਕਿਸੇ ਲੈਣੀਆਂ ਆਵਣ 350 ਰੁਪਏ ਕਿਲੋ ਮਿਲਣਗੀਆਂ माशाल्लाह पशम चेक करो वेखो ना पशम वाली सोहनी स्नैप वेख अगर इस तरह की सोहनिया खड़ी हो ना डेरे ते उतला बंदा आंदा ना जिले तारीफ ओ करे फिर चस आंदी आंदी कि नहीं आंदी हां तारीफ ओ हुंदी है जे दूसरा बंदा करे हां ये तो दुल्हन नहीं थी
अगर आपको हमारी वीडियो अच्छी लगे तो लाइक कर दे, शेयर कर दे, दुआओं में याद रखे, नेक्स्ट वीडियो में इंतजार करें। तो जा दीजिए अपने भाई इज्जत खान को, पाकिस्तान जिंदाबाद जिंदाबाद।